ਸਹੀ ਚੌਂਕੀ ਹਾਜ਼ਰ ਸੀ ਬਜਰੀਆ ਟੈਲੀਫੋਨ ਕੰਟਰੋਲ ਰੂਮ ਤੋਂ ਮਸੂਲ ਹੋਇਆ ਕਿ ਪਿੰਡ ਬੱਸੀ ਦੇ ਵਿੱਚ ਤਿੰਨ ਚਾਰ ਘਰਾਂ 'ਚ ਚੋਰੀ ਹੋ ਗਈ ਆ ਜਿਸ 'ਤੇ ਮਨ ਏਐਸਆਈ ਸਮੇਤ ਸਾਥੀ ਮੌਕੇ 'ਤੇ ਪੁੱਜਾ ਅਤੇ ਮੌਕੇ 'ਤੇ ਜਾਇਜ਼ਾ ਲਿਆ ਜਾ ਕੇ ਸਾਰੇ ਘਰਾਂ ਦੀ ਆਪਣੇ ਮੂਵੀ ਬਣਾਈ ਆਪਾਂ ਨਕਸ਼ੇ ਬਣਾਇਆ ਨਾਲੇ ਪੁੱਛਗਿੱਛ ਕੀਤੀ ਆ ਕਿ ਕਿੰਨਾ ਕਿੰਨਾ ਸੋਨਾ ਹੈ ਤਕਰੀਬਨ ਗੁਰਮੇਲ ਸਿੰਘ ਅਤੇ ਜਗਤ ਰਾਮ ਗੁਰਮੇਲ ਸਿੰਘ ਅਤੇ ਰਾਮ ਸਿੰਘ ਅਤੇ ਦਿਲਬਾਗ ਸਿੰਘ ਚਾਰਾਂ ਘਰਾਂ 'ਚ ਚੋਰੀ ਹੋਈ ਆ ਜਿਹੜੇ ਉਹ ਆਪਾਂ ਹੁਣ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾਊਗੀ। ਆ ਕੀ ਗੱਲ ਹੋਈ ਹੈ ਤੁਹਾਡੇ ਬੱਸੀ 'ਚ? ਅੱਜ ਬਹੁਤ ਬੜੇ ਦੁੱਖ ਦੀ ਗੱਲ ਹੈ। ਥਾਣਾ ਗੜਸ਼ੰਕਰ ਪੈਂਦੇ ਪਿੰਡ ਬੱਸੀ ਬਸਤੀ ਜਿੱਥੇ ਕਿ ਰਾਤ ਤਕਰੀਬ ਚਾਰ ਘਰਾਂ ਦੇ ਚੋਰੀ ਹੋਈ ਹੈ ਜਿਸ ਵਿੱਚ ਕਿ ਲੱਖਾਂ ਦਾ ਸਮਾਨ ਸੋਨਾ ਚਾਂਦੀ ਅਤੇ ਕੈਸ਼ ਵਗੈਰਾ ਦੀ ਲੁੱਟ ਹੋਈ ਹੈ ਅਤੇ ਸਾਨੂੰ ਇੱਦਾਂ ਲੱਗਦਾ ਹੈਗਾ ਵੀ ਜਿਹੜੇ ਚੋਰੀ ਹੋਈ ਹੈ ਇੱਕ ਬਹੁਤ ਵੱਡਾ ਹਾਦਸਾ ਹੈ ਸਾਡੇ ਗਰੀਬਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਵਿੱਚ ਕਿ ਇਹਦੀ ਪੂਰਤੀ ਜਿਹੜੀ ਹੈ ਸਾਡੇ ਗਰੀਬ ਪਰਿਵਾਰਾਂ ਦੀ ਕਿਸੇ ਤਰੀਕੇ ਨਾਲ ਵੀ ਹੋਣੀ ਚਾਹੀਦੀ ਹੈ। ਅਸੀਂ ਪੁਰਜ਼ੋਰ ਪੁਲਿਸ ਨੂੰ ਬਕਾਇਦਾ ਤੌਰ 'ਤੇ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਚੋਰੀਆਂ ਹੋਈਆਂ ਹਨ ਇਹਨਾਂ ਨੂੰ ਬਰਾਮਦ ਕਰਕੇ ਇਹਨਾਂ ਗਰੀਬਾਂ ਦੇ ਹਵਾਲੇ ਜਿਹੜਾ ਹੈਗਾ ਇਹਨਾਂ ਦਾ ਸਮਾਨ ਕੀਤਾ ਜਾਵੇ ਜਿਸ ਵਿੱਚ ਕਿ ਸੋਨਾ ਤਕਰੀਬਨ ਚੌਂ ਘਰਾਂ ਦਾ ਘੱਟੋ ਘੱਟ 8 ਲੱਖ ਰੁਪਏ ਦੇ ਕਰੀਬ ਜਿਹੜੀ ਚੋਰੀ ਹੋਈ ਹੈ ਸੋ ਬਹੁਤ ਵੱਡਾ ਨੁਕਸਾਨ ਹੈ ਇਹਨਾਂ ਦੀ ਭਰਪਾਈ ਹੋਣੀ ਬਹੁਤ ਜ਼ਰੂਰੀ ਹੈ। ਤੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਤੁਰੰਤ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਜਿੰਦੇ ਦੋ ਅੱਛਾ ਕੀ ਨਾਂ ਹੈ? ਨਾਂ ਕੀ ਆਪਣਾ? ਮੇਰਾ ਨਾਂ ਗੁਰਮੇਲ ਸਿੰਘ ਹੈ ਜੀ। ਅੱਛਾ ਹਾਂਜੀ। ਅੱਛਾ ਇੱਧਰ ਸੁੱਤੇ ਪਏ ਤੁਸੀਂ? ਹਾਂਜੀ ਮੈਂ ਦੂਜੇ ਕਮਰੇ ਸੁੱਤਾ ਵਾ, ਨਾਲ ਦੇ ਕਮਰੇ 'ਚ ਇੰਨੇ ਬੱਚੇ ਸੁੱਤੇ ਵੀ ਸਾਰੇ। ਹਾਂਜੀ। ਕਿੰਨਾ ਨੁਕਸਾਨ ਆਪਣਾ? 2 ਲੱਖ ਦੇ ਕਰੀਬ ਹੋ ਗਿਆ ਜੀ। ਤੁਹਾਨੂੰ ਪਤਾ ਨਹੀਂ ਲੱਗਿਆ? ਨਹੀਂ ਪਤਾ ਲੱਗਿਆ ਜੀ, ਪਤਾ ਨਹੀਂ ਕਿਹੜੀ ਚੀਜ਼ ਨੇ ਜਿੰਦੇ ਕੱਟੇ 'ਚ, ਕਿਆ ਕੀਤਾ, ਕਿਸ ਟਾਈਮ ਆਏ, ਕਿਸ ਟਾਈਮ ਨੇ, ਕੋਈ ਪਤਾ ਨਹੀਂ ਲੱਗਿਆ ਜੀ। ਬੰਦਿਆਂ ਦਾ ਪਤਾ ਕੌਣ? ਅਣ ਪਛਾਤੇ? ਅਣ ਪਛਾਣੇ ਹੋਣੇ ਜੀ, ਬੰਦੇ ਦੇਖੇ ਨਹੀਂ ਜੀ।